ਨੇਤ ਲਖਾਂ ਹੀ ਜੰਮਣ ਤੇ ਮਨ ਵਿਰਲੇ ਪੈਦਾ ਹੁੰਦਾ ਏਕ ਦੇ ਇਨਸਾਨ ਕੋਈ ਦੇਸ਼ ਤੋਂ ਮਤੇ ਵਤਨ ਦੀ ਅੱਖ ਬਦਲੇ ਵਰੀ ਬਾਣ ਕੋਈ ਲੋਕੀ ਜਗ ਤੇ ਉਹਨਾਂ ਨੂੰ ਕੂਜਦੇ ਨੇ ਜਿਹੜੇ ਕਰਦੇ ਨੇ ਕੰਮ ਮਹਾਂ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਧੰਤਨ ਸਾਹਿਬ ਚਿੜਿਗਰ੍ਹ ਗੋਬਿੰਦ ਪਾਚੜੀ ਦੇ ਚਰਨਾ ਦੇ ਪੌਰੇ ਬਾਬਾ ਬਿਜੈ ਚੰਦ ਸ਼ੀਨਾ ਗੁਰੂ ਕਾ ਸੀਨਾ ਦਲਪੰਥ ਦੇ 11ਵੇਂ ਮੁਖੀ ਸਤਖੰਡ ਵਾਸੀ ਸੰਤ ਬਾਬਾ ਦਾਇਆ ਸਿੰਘ ਜੀ ਦੇ ਵਰਸੀ ਸਮਾਗਮ ਵਿੱਚ ਹਾਜ਼ਰੀ ਪਰ ਰਹੀ ਗੁਰੂ ਰਿਪ ਗੁਰੂ ਖਾਲਸਾ ਸਾਧ ਸੰਗਤ ਜੀਓ ਦਾਸਾਂ ਦੀ ਹਾਜ਼ਰੀ ਨੂੰ ਪ੍ਰਵਾਨ ਕਰਦੇ ਹੋਏ ਬਲਾਹ ਫਤੇ ਜੀ ਵਾਹ ਗੁਰਜੀ ਦਾ ਖਾਲਸਾ ਵਾਹ ਹੈ ਗੁਰਜੀ ਦੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਉੱਤੇ ਭਗਤੀ ਵਾਲੀ ਨਿਗਾਹ ਮਾਰੀ ਉਹ ਸਾਧਖਾਂ ਵਰਗਾ ਮਹਾਂ ਸੂਰਮਾ ਗਾਜੀ ਜੰਗੀ ਜਰਨੈਲਿੰਦਾ ਹੈ ਫਕੀਰ ਹੋ ਗਿਆ ਜਿਸ ਤੇ ਸ਼ਕਤੀ ਵਾਲੀ ਨਿਗਾਹ ਮਾਰੀ ਅਹਿਮਦਉਦਾਸ ਰਾਗੀ ਵਰਗਾ ਖੂਨ ਤੇ ਕਤਰੇਂ ਢਲਦਾ ਵੇਖ ਅੱਖਾਂ ਬੰਦ ਕਰ ਲੈਣ ਵਾਲਾ ਜੰਤਰਾ ਮੰਤਰਾ ਤੰਤਰਾਂ ਤੇ ਹਮੇ ਰਖਲਵਾਲੀਆਂ ਰੀਤੀਆਂ ਸਿੱਧੀਆਂ ਕਰਮਾਤਾਂ ਚੁਰਜਾ ਰਹਿਣ ਵਾਲਾ ਮਮੂਲੀ ਜਿਹਾ ਮਨੁੱਖ ਜ਼ਿਲਮ ਨੂੰ ਚੀਰ ਦੇਣ ਵਾਲਾ ਮਹਾਨ ਸੂਰਮਾ ਜਰਨਾਲ ਬਾਦਸ਼ਾਹ ਹੋ ਗਿਆ। ਧੰਤਨ ਸਾਹਿਬ ਚਿਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮਾਦੋ ਦਾਸ ਨੂੰ ਅਮਰਤ ਛਕਾ ਕੇ ਬੰਦਾ ਸਿੰਘ ਬਣਾ ਕੇ ਪੰਜ ਤੀਰ ਨਿਸ਼ਾਨ ਤੇ ਨਗਾਰਾ ਦੇ ਕੇ ਪੰਜਾਂ ਪਿਆਰੀਆਂ ਦੀ ਅਗਵਾਈ ਹੇਠ ਨਾਲ ਪੰਜੀਤੀ ਸਿੰਘ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ 'ਵਲ ਮੁਗਲਾਂ ਦਾ ਜ਼ੁਲਮ ਖਤਮ ਕਰਨ ਨੂੰ ਤੋਰਿਆ ਬਾਬਾ ਬੰਦਾ ਸਿੰਘ ਜਿੱਧਰ ਤੇ ਲੰਘਦਾ ਜ਼ੁਲਮ ਕਰਨ ਵਾਲੇ ਕੰਬ ਕੰਬੇ ਉੱਠਦੇ ਬਾਬਾ ਬੰਦਾ ਸਿੰਘ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਮਿੱਟੀ 'ਚ ਮਿਲਾ ਕੇ ਸਿੱਖ ਰਾਜ ਦਾ ਝੰਡਾ ਚੁਲਾ ਕੇ ਸਰਹੰਦ ਦੇ 28 ਪ੍ਰਗਣੇ ਵੀ ਸਿੱਖ ਰਾਜ 'ਚ ਮਲਾਏ ਦਰਿਆ ਜਮੁਨਾ ਤੋਂ ਸਤਲੁਜ ਤੱਕ ਤੇ ਸੋਨੀਪੱਤ ਤੋਂ ਕੀਰਤਪੁਰ ਤੱਕ ਛੱਤੀ ਰੱਤ ਦਾ ਇਲਾਕਾ ਸਿੱਖ ਰਾਜ ਵਿੱਚ ਮਿਲਾ ਲਿਆ ਜ਼ੁਲਮ ਕਰਨ ਵਾਲਿਆਂ ਲਈ ਬਾਬਾ ਬੰਦਾ ਸਿੰਘ ਇੱਕ ਹਉਆ ਸੀ ਕਿਸੇ ਆਮ ਇਨਸਾਨ ਨੂੰ ਵੀ ਬੰਦਾ ਕਹਿ ਕੇ ਬੁਲਾਇਆ ਜਾਂਦਾ ਤੇ ਜ਼ੁਲਮ ਕਰਨ ਵਾਲਿਆਂ ਦੀ ਰੂਹ ਕੰਬ ਉੱਠਦੀ ਬਾਬਾ ਬੰਦਾ ਸਿੰਘ ਦੀ ਸੂਰਮਤਾਂ ਹੀ ਦੀਆਂ ਕੁਝ ਸਤਰਾ ਰੰਤੀਰ ਕੌਰ ਖਾਲਸਾ ਬਾਸਰ ਦੇ ਦਿਨਾਂ ਦੇ ਇੱਥੇ ਪਾਸੋਂ ਏ ਇਹ ਸੁਣੀਏ ਵਾ ਕਲਗੀ ਤਰ ਦੇ ਦੁੱਲਿਆ ਜਗ ਤੁਮਾਂ ਦਤਿਆਂ ਪਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਪੂਰੀ ਤਰ੍ਹਾਂ ਪੇਸ਼ ਕਰਨ ਲਈ ਕਈ ਪਹਿਲਾਂ ਦਾ ਸਮਾਂ ਲੱਗੇਗਾ ਜੋ ਸਾਡੇ ਵਰਗੇ ਮਤ ਹੀ ਨਿਆਣੇ ਦੇ ਵਸਤੀ ਗੱਲ ਨਹੀਂ ਸੋ ਅਸੀਂ ਇੰਨਾ ਕੁਝ ਕਹਿੰਦੇ ਹਾਂ ਖਿਮਾ ਦੇ ਜਾਚ ਖਾ ਧੰਨਵਾਦੀਆਂ ਵਾਲੀਆ ਕਲਿਆਰਮ ਸ਼ਬਦਾ ਤਾਰ ਗੱਦੀ ਤੇ ਬਰਾਜਮਾਨ ਹਦ ਪੱਤਕੇ ਰੱਖੇ ਚਵ ਚਤਰ ਤਖਤ ਕੇ ਮਾਲਕ ਪਤਤ ਪਵਨ ਪਗਤ ਵਿਸ਼ਾਲ ਕਿਰਪਾਣੀ ਧਾਨ ਜਹਰਾਜ ਹੂਰ ਸਰਪ ਕਲਾ ਭਰਪੂਰ ਜੁੱਗ ਜਗਟਾਲ ਤਨ ਤਨ ਸਹਿਬ ਚਿਰਗੁਰਗੰ ਸਹਿਬ ਜੀ ਦੇ ਧੰਵਾਦੀਆਂ ਗੁਰੂ ਕੇ ਸੰਗਤ ਦੇ ਪਰਬੰਤ ਪਰਬੰਤਕ ਸੰਸਥਾ ਬਾਬਾ ਬਿਦੇ ਚੰਦ ਸਿੰਘਾ ਗੁਰੂ ਕਾ ਸਿੰਘਾ ਦਲ ਪੰਥ ਦੇ ਮੁਖੀ ਸਿੰਘ ਸਾਹਿਬ ਬਾਬਾ ਅਵਤਾਰ ਸਿੰਘ ਜੀ ਦੇ ਧਨਵਾਦੀਆਂ ਜੱਜ ਸਾਹਿਬਾਨਾਂ ਦੇ ਮੇਰੇ ਨਾਲ ਸਾਥ ਦੇ ਰਹੇ ਨੇ ਰਮਨਦੀਪ ਕੋਰ ਖਾਲਸਾ ਬਾਸਰ ਕੀ ਗਿੱਲਾ ਅਤੇ ਵੀਰ ਭਾਰਤ ਸਿੰਘ ਖਾਲਸਾ ਬਾਸਰ ਕੀ ਗਿੱਲਾ ਉਸਤਾਦ ਪੈ ਮਿਲਖਾ ਸਿੰਘ ਮਜੀਦ ਅਸ਼ਗਰਦ ਕਵੀਸ਼ਰ ਅੰਤਿਰਪੁਰ ਖਾਲਸਾ ਬਾਸਰ ਕੀ ਗਿੱਲਾਂ ਦੇ ਇਥੇ ਪਾਸੋਂ ਆਈਆਂ ਗਲਤੀਆਂ ਤੋਂ ਮਾਫ ਕਰਨਾ ਸਭ ਜੀ ਇਹਨਾਂ ਕੁਝ ਕਹਿੰਦੇ ਖਿਮਾ ਦੇ ਜੱਜ ਖਾਂ ਮੇਰੇ ਸਾਥੀ ਪਾਸੇ ਜਕਾਰਾ ਸੁਣੋ ਜੀ ਜਗਾਰਾ ਗ ਜਾਵੇ ਨਿਹਾਲ